ਵਿਦੇਸ਼ ਬੈਠੇ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਫਿਰੌਤੀ ਦਾ ਜਿਹੜਾ ਇੱਕ ਜਿਹੜਾ ਗੁੱਟ ਚਲਾਇਆ ਜਾਂਦਾ ਸੀਗਾ ਉਹਦਾ ਅਸੀਂ ਪਰਦਾਫਾਸ਼ ਕੀਤਾ ਹੈਗਾ। ਤਰਨ ਤਾਰਨ ਪੁਲਿਸ ਨੂੰ ਜਿਹੜਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗਰੁੱਪ ਹੈਗਾ ਹੈ ਜਿਹੜਾ ਬਾਰ ਬਾਰ ਵੱਖ ਵੱਖ ਥਾਵਾਂ 'ਤੇ ਇੱਕ ਵਿਦੇਸ਼ੀ ਬੈਠੇ ਗੈਂਗਸਟਰ ਦੇ ਕਹਿਣ 'ਤੇ ਫਿਰੌਤੀਆ ਵੀ ਮੰਗਦਾ ਹੈਗਾ ਅਤੇ ਇਹਨਾਂ ਨੇ ਸਾਡੇ ਤਰਨ ਤਾਰਨ ਈਨ 'ਚ ਵੱਖ ਵੱਖ ਥਾਵਾਂ 'ਤੇ ਫਾਇਰਿੰਗ ਦੀ ਵਾਰਦਾਤਾਂ ਵੀ ਕੀਤੀਆਂ। ਇਹਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਤਰਨ ਤਾਰਨ ਪੁਲਿਸ ਵੱਲੋਂ ਜਿਹੜੇ SPD ਸਾਹਿਬ, DSPD ਇੰਚਾਰਜ, CIA ਅਤੇ SHO ਸਦਰ ਪੱਟੀ ਵੱਲੋਂ ਕਾਰਵਾਈ ਕਰਦੇ ਹੋਏ ਖੁਫੀਆ ਇਨਫੋਰਮੇਸ਼ਨ ਦੇ ਬੇਸ 'ਤੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ। ਦੌਰਾਨੇ ਗਸ਼ਤ ਸਾਨੂੰ ਦੋ ਸ਼ੱਕੀ ਬੰਦੇ ਮਿਲੇ ਜਿਹਦੀ ਇਮੀਡੀਏਟਲੀ ਰੋਕ ਕੇ ਉਹਨਾਂ ਨੂੰ ਜਵਾਬੀ ਫਾਇਰ ਹੋਣ 'ਤੇ ਇਮੀਡੀਏਟਲੀ ਜਿਹੜੀ ਪੁਲਿਸ ਵੱਲੋਂ ਆੜ ਲਈ ਗਈ ਅਤੇ ਆਪਣੇ ਆਪਣੇ ਬਚਾਵ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕਰਦੇ ਹੋਏ ਇਹਨਾਂ 'ਚੋਂ ਜਿਹੜਾ ਇੱਕ ਐਕਿਊਜ਼ਡ ਹੈ ਪਵਨਦੀਪ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਬਲੇਰ ਰੋਡ ਭਿੱਖੀਵਿੰਡ, ਇਹਦੇ ਜਿਹੜੇ ਇੱਕ ਫਾਇਰਆਰਮ ਇੰਜਰੀ ਹੋਈ ਹੈ, ਇਹਦੇ ਲੱਤ 'ਤੇ ਗੋਲੀ ਵੱਜੀ ਹੈਗੀ ਹੈ ਅਤੇ ਦੂਜਾ ਮੁੰਡਾ ਜਿਹੜਾ ਉਹਦੇ ਨਾਲ ਸੀਗਾ ਜਿਹੜਾ ਕਿ ਜੁਵੇਨਾਈਲ ਹੈਗਾ ਹੈ ਉਹਨੂੰ ਵੀ ਅਸੀਂ ਐਪਰੀਹੈਂਡ ਕਰ ਲਿਆ ਹੈਗਾ। ਇਸ ਵਾਰਦਾਤ ਦੇ ਉੱਤੇ ਇਮੀਡੀਏਟਲੀ ਜਿਹੜੀ 18 ਅਤੇ 19 ਰਾਤ ਦੇ ਵਿੱਚ ਹੋਇਆ ਹੈ ਮੁਕੱਦਮਾ ਨੰਬਰ 97 ਜੇਰ ਧਾਰਾ 109 ਅਤੇ 3-5 ਭਾਰਤੀ ਨਾਗਰਿਕ ਸੰਹਿਤਾ ਅਤੇ ਆਰਮਸ ਐਕਟ ਦੇ ਤਹਿਤ ਜਿਹੜਾ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਹੈਗਾ ਅਤੇ ਜਿਹੜੇ ਇਹ ਮੁਜਰਿਮ ਹੈਗੇ ਆ ਇੱਕ ਜਿਹੜੇ ਜਿਹੜੇ ਇਲਾਜ ਹੈਗੇ ਆ। ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਆਹ ਬੰਦੇ ਇਸ ਇਲਾਕੇ 'ਚ ਜਿਹੜਾ ਵੇਟ ਕਰ ਰਹੇ ਸੀਗੇ ਅਤੇ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਇੱਕ ਮੋਟਰਸਾਈਕਲ ਦੀ ਖੋਹ ਕਰਕੇ ਕੋਈ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਮੌਕੇ 'ਤੇ ਅਰੈਸਟ ਦੌਰਾਨ ਇਹਨਾਂ ਕੋਲੋਂ ਦੋ ਜਿਹੜੇ ਵੈਪਨ ਬਰਾਮਦ ਹੋਏ ਹੈ, ਇੱਕ ਜਿਹੜਾ ਸੋਫਿਸਟੀਕੇਟਿਡ ਗਲੋਕ 9 mm ਵੈਪਨ ਜਿਹੜਾ ਮੇਡ ਇਨ ਆਸਟਰੀਆ ਸਮੇਤ ਮੈਗਜ਼ੀਨ ਅਤੇ ਇੱਕ ਜ਼ਿੰਦਾ ਰੌਂਦ ਅਤੇ ਦੋ ਚਲੇ ਹੋਏ ਖੋਲ ਬਰਾਮਦ ਹੋਏ ਹੈ। ਇਸ ਤੋਂ ਇਲਾਵਾ ਇੱਕ ਨਾਜਾਇਜ਼ ਦੇਸੀ ਪਿਸਟਲ ਜਿਹੜਾ 32 ਬੋਰ ਸਮੇਤ 8 ਲੌਂਦ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਏ ਹੈ। ਦੌਰਾਨੇ ਤਫਤੀਸ਼ ਇਹਨਾਂ ਤੋਂ ਮੁੱਢਲੀ ਪੁੱਛਗਿੱਛ ਅਤੇ ਕੁਛ ਜਿਹੜੀ ਵਾਰਦਾਤਾਂ ਤਰਨ ਤਾਰਨ ਦੇ ਵਿੱਚ ਇਹਨਾਂ ਨੇ ਕੀਤੀਆਂ ਉਹ ਵੀ ਟਰੇਸ ਹੋਈਆਂ। ਇਹਦੇ ਵਿੱਚ ਮੁਕੱਦਮਾ ਨੰਬਰ 70 ਮਿਤੀ 12/8/2024 ਜੁਰਮ 109, 111, 120 BB BNS ਅਤੇ 25 ਆਰਮਸ ਐਕਟ ਥਾਣਾ ਵਲਟੋਹਾ ਵਿੱਚ ਦਰਜ ਸੀਗਾ, ਜਿਹਦੇ ਵਿੱਚ ਇੱਕ ਵਲਟੋਹਾ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਮੋਦੀਖਾਨੇ ਉੱਤੇ ਜਿਹੜੀ ਫਾਇਰਿੰਗ ਇਹਨਾਂ ਨੇ ਕੀਤੀ ਸੀਗੀ। ਦੂਜਾ ਮੁਕੱਦਮਾ ਨੰਬਰ 73 ਮਿਤੀ 18/7/2024 125 BNS ਅਤੇ ਆਰਮਸ ਐਕਟ ਸਦਰ ਪੱਟੀ ਦਰਜ ਹੋਇਆ ਸੀ, ਜਿੱਥੇ ਪਿੰਡ ਚੂਸਲੇਵਾੜ ਦੇ ਵਿੱਚ ਇੱਕ ਡਾਕਟਰ ਸਾਹਿਬ ਦੇ ਉੱਤੇ ਜਿਹੜੀ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਤੀਜਾ ਮੁਕੱਦਮਾ ਟਰੇਸ ਹੋਇਆ ਹੈਗਾ ਮੁਕੱਦਮਾ ਨੰਬਰ 99 ਮਿਤੀ 3/9/2024 ਜਿਹੜਾ ਜੁਰਮ 308/2, 308/4, 125, 351 BNS ਅਤੇ ਆਰਮਸ ਐਕਟ ਦੇ ਤਹਿਤ ਸਦਰ ਪੱਟੀ ਦੇ ਵਿੱਚ ਦਰਜ ਹੋਇਆ ਹੈ। ਇਹਦੇ ਵਿੱਚ ਦੋਸ਼ੀਆਂ ਨੇ ਜਿਹੜਾ ਘਰਿਆਲੇ ਦੇ ਵਿੱਚ ਇੱਕ ਸੁਨਿਆਰੀ ਦੀ ਦੁਕਾਨ 'ਤੇ ਵੀ ਫਾਇਰਿੰਗ ਕੀਤੀ ਸੀਗੀ। ਚੌਥਾ ਇਹਨਾਂ ਤੋਂ ਇੱਕ ਅਸੀਂ ਜਿਹੜਾ ਤਫਤੀਸ਼ ਦੌਰਾਨ ਇੱਕ ਵੀਡੀਓ ਵੀ ਸਾਨੂੰ ਮਿਲਿਆ ਸੀਗਾ ਜਿਹਦੇ ਵਿੱਚ ਇੱਕ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਦੀ ਰੱਖੀ ਵੀ ਕਰ ਰਹੇ ਸੀ
ਅਤੇ ਅੱਗੇ ਜਾ ਕੇ ਉਹਨਾਂ ਉੱਤੇ ਵੀ ਜਿਹੜਾ ਇਹਨਾਂ ਨੇ ਜਿਹੜੀ ਵਾਰਦਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀਗੀ। ਜਿਹੜਾ ਇਹਨਾਂ ਦੀ ਅਰੈਸਟ ਤੋਂ ਜਿਹੜੇ ਇਲਾਕੇ ਦੇ ਕਾਫੀ ਜਿਹੜੇ ਕੇਸ ਟਰੇਸ ਵੀ ਹੋਏ ਹਨ ਅਤੇ ਆਉਣ ਵਾਲੇ ਸਮੇਂ 'ਤੇ ਜਿਹੜੀ ਕੋਈ ਇਹ ਵੱਡੀ ਵਾਰਦਾਤ ਕਰਨ ਨੂੰ ਵੀ ਇਹਨਾਂ ਦੇ ਜਿਹੜੇ ਮਨਸੂਬੇ ਸੀਗੇ ਉਹ ਵੀ ਅਸੀਂ ਜਿਹੜੇ ਰੱਦ ਕਰਤੇ ਹਨ। ਦੋਸ਼ੀਆਂ ਦਾ ਹੁਣ ਰਿਮਾਂਡ ਲਿਆ ਜਾਊਗਾ। ਰਿਮਾਂਡ ਲੈਣ ਉਪਰੰਤ ਹੋਰ ਜਿਹੜੀ ਡੂੰਘਾਈ ਨਾਲ ਇਹਨਾਂ ਦੇ ਸਾਥੀ ਹੈਗੇ ਹੈ ਉਹਨਾਂ ਸਮੇਤ ਵੀ ਜਿਹੜੀ ਤਫਤੀਸ਼ ਕੀਤੀ ਜਾਊਗੀ ਅਤੇ ਬੈਕਵਰਡ ਅਤੇ ਫੋਰਵਰਡ ਲਿੰਕਵੇਜਸ 'ਤੇ ਵੀ ਵਰਕ ਕੀਤਾ ਜਾਊਗਾ। ਉਮੀਦ ਕਰਦੇ ਹਾਂ ਕਿ ਹੋਰ ਵੀ ਜਿਹੜੀ ਵਾਰਦਾਤਾਂ ਅਤੇ ਉਹਨਾਂ ਦੇ ਸਾਥੀ ਕਾਬੂ ਕੀਤੇ ਜਾਣਗੇ। ਹੈਗੇ ਆ ਉਹਨਾਂ ਵੱਲੋਂ ਵੀ ਜਿਹੜੀ ਚਲਾਈ ਗਈ ਪੁਲਿਸ ਵੱਲੋਂ ਤਕਰੀਬਨ 6 ਰਾਊਂਡ ਜਿਹੜੇ ਫਾਇਰ ਹੋਏ ਆ। ਇਹਨਾਂ 'ਤੇ ਪਹਿਲਾਂ ਕੋਈ ਮਾਮਲਾ ਨਹੀਂ ਸੀਗਾ। ਜਿਹੜਾ ਐਡਲਟ ਹੈਗਾ ਤਕਰੀਬਨ 18.5 ਸਾਲ ਦਾ ਹੈਗਾ ਅਤੇ ਇੱਕ ਜਿਹੜਾ 17 ਸਾਲ ਥੋੜ੍ਹਾ 18 ਸਾਲ ਦੇ ਵਿੱਚ ਹੈ। ਇਹ ਇੱਕ ਕ੍ਰਿਮੀਨਲ ਹੈਗਾ ਹੈ ਇਸ ਏਰੀਆ ਦਾ ਹੀ ਜਿਹੜਾ ਪ੍ਰਭ ਦਾਸੂਵਾਲ ਨਾਂ ਦਾ ਉਹਦੇ ਕਹਿਣ 'ਤੇ ਇਹਨਾਂ ਨੇ ਕੀਤਾ ਸੀਗਾ। ਸਰ ਇਹ ਟੋਟਲ ਕਿੰਨੇ ਜਣੇ ਜੀ ਹੋਰ ਜਿਹੜੇ ਬਾਕੀ ਹੋਰ ਕਿੰਨੇ ਜਾਂ ਹੋਰ ਵੀ ਕੋਈ ਇਹਨਾਂ ਦੇ ਮਗਰ ਹੈਗੇ ਨੇ ਹੋਰ ਵੀ? ਨਹੀਂ ਬਿਲਕੁਲ, ਅਜੇ ਤਫਤੀਸ਼ ਦਾ ਪਾਰਟ ਹੈਗਾ ਹੈ। ਹਜੇ ਇਹਨਾਂ 'ਤੇ ਦੋ ਹੀ ਮੇਨ ਬੰਦੇ ਜਿਹੜੇ ਫੜੇ ਹੈਗੇ ਅਤੇ ਆਪਣੇ ਇਲਾਕੇ ਦੀ ਜਿਹੜੀ ਕਾਫੀ ਵਾਰਦਾਤ ਆ ਜਿਹੜੀ ਹੁਣ ਤੱਕ ਟਰੇਸ ਨਹੀਂ ਹੋਈ ਸੀ ਸਾਰੀ ਅਸੀਂ ਟਰੇਸ ਕਰ ਲਈਆਂ ਹੈਗੀਆਂ। ਕੀਤੀਆਂ ਇਹ ਇੱਦਾਂ ਹੀ ਘਰੋਂ ਬਾਹਰ ਹੀ ਜਿਹੜੇ ਘੁੰਮਦੇ ਰਹਿੰਦੇ ਸੀ ਅਤੇ ਲਗਾਤਾਰ ਜਿਹੜੇ ਕ੍ਰਾਈਮ ਦਾ ਹੀ ਕੰਮ ਕਰਦੇ ਸੀਗੇ ਅਤੇ ਇੱਦਾਂ ਹੀ ਬੇਸਿਕਲੀ ਕਾਰਵਾਈ ਇਹਨਾਂ 'ਤੇ ਕੀਤੀ ਗਈ ਹੈ। ਹਾਂਜੀ, ਦਸ ਤੋਂ ਵੱਧ ਮੁਕੱਦਮੇ ਜਿਹੜੇ ਦਰਜ ਨੇ ਇੱਥੇ। ਨਸ਼ੇ ਦਾ ਵੀ ਕੋਈ ਸਾਹਮਣੇ ਆਇਆ ਮਾਮਲਾ ਕਿ ਨਸ਼ਾ ਪੀਂਦੇ ਪੁੰਦੇ ਹੀ ਜਾਂ ਨਸ਼ਾ ਚਲਾਈ ਕਰਦੇ? ਨਹੀਂ, ਇਹ ਅਜੇ ਮਾਮਲਾ ਜ਼ੀਰੇ ਤਫਤੀਸ਼ ਹੈ, ਇਹਦੇ ਬਾਰੇ ਡੂੰਘਾਈ ਨਾਲ ਤਫਤੀਸ਼ ਕਰਕੇ ਤੁਹਾਨੂੰ ਦੱਸਾਂਗੇ। ਜਿਹੜਾ ਗਲੌਕ ਪਿਸਟਲ ਬਰਾਮਦ ਹੋਇਆ ਕੀ ਇਹਨਾਂ ਨੇ ਵਾਰਦਾਤਾਂ 'ਚ ਵਰਤਿਆ ਸੀ ਔਰ ਸਰ ਇਹ ਕਿੱਥੋਂ, ਕਿਉਂਕਿ ਅਮਰੀਕਨ ਹੈ ਨਾ? ਨਹੀਂ ਬਿਲਕੁਲ, ਵੈਪਨ ਜਿਹੜਾ ਆਸਟਰੀਅਨ ਹੈਗਾ ਅਤੇ ਇਮੀਡੀਏਟਲੀ ਇਹਨੂੰ ਫੋਰੈਂਸਿਕ ਐਗਜ਼ਾਮੀਨੇਸ਼ਨ ਲਈ ਅਸੀਂ ਭੇਜਾਂਗੇ ਅਤੇ ਉਹਦੇ ਮੁਤਾਬਿਕ ਜਿਹੜਾ ਆਪਾਂ ਤੁਹਾਨੂੰ ਸਹੀ ਤੱਥ ਦੱਸ ਸਕਾਂਗੇ। ਸਰ ਇਹ ਪਤਾ ਲੱਗਾ ਕਿੰਨੀਆਂ ਨੇ ਫਰੋਤੀਆਂ ਹੱਦ ਲੈ ਚੁੱਕੇ ਜਾਂ ਕਿੰਨੇ ਉਹਨੇ ਟਾਰਗੇਟ ਕੀਤਾ? ਜਿਵੇਂ ਕਿ ਤੁਹਾਨੂੰ ਦੱਸਾਂ ਕਿ ਇਹ ਕੱਲ੍ਹ ਰਾਤ ਨੂੰ ਹੀ ਜਿਹੜਾ ਵਾਕਿਆ ਹੋਇਆ ਹੈਗਾ ਅਤੇ ਹੁਣ ਇਹ ਜਿਹੜੇ ਦੋਸ਼ੀ ਜਿਹੜੇ ਜਿਹੜੇ ਇਲਾਜ ਹੈਗੇ ਆ ਅਤੇ ਤਫਤੀਸ਼ ਦੌਰਾਨ ਇਹ ਸਾਰੀ ਗੱਲਾਂ ਅਸੀਂ ਕਲੀਅਰ ਕਰਾਂਗੇ।